देखो हाले तो मैं हूँ ही आया तो हूँ दौड़ना 8 दौड़ ज़्यादा वो तो बाद रूटीन बढ़िया बन जाऊगा वैसे मेरा रूटीन सवेरे होंगे मैं एक्सरसाइज करदा फिर बाद निकलना तो हूँ मैं क्योंकि इन्हें बंद हूँ मिल रहा है काम सी का जो मैं समझा रहे से तो हूँ मैं लेट भी हो रहे हैं क्या जिम वो मैं एनर्जी देता ਉਹੀ ਮੇਰੀ ਐਨਰਜੀ ਹੈ ਉਹੀ ਮੇਰਾ ਨਸ਼ਾ ਨਹੀਂ ਟੈਨਸ਼ਨ ਨਹੀਂ ਹੁੰਦੀ ਮੈਨੂੰ ਉਹ ਟੈਨਸ਼ਨ ਨਹੀਂ ਦਿੰਦਾ ਕੋਈ ਪੁੱਠੀ ਸਿੱਧੀ ਗੱਲ ਆ ਜਾਂਦੀ ਉਹ ਟੈਨਸ਼ਨ ਦਿੰਦੀ ਹੈ ਕਿ ਮੈਂ ਹੁਣ ਕਿੱਥੇ ਲੱਗਿਆ ਮੇਰਾ ਦਿਮਾਗ ਨੂੰ ਫਿਰ ਉੱਥੇ ਨੱਠਣਾ ਪੈਂਦਾ ਮੈਂ ਜਵਾਬ ਕੀ ਦੇਣਾ ਆਪਾਂ ਗੱਲਾਂ ਕਰ ਕਰਕੇ ਕਹਿ ਦੇਣਗੇ ਹੁਣ ਆ ਇੱਦਾਂ ਇਸ ਪਾਰਟੀ ਦਾ ਉਹ ਇੱਦਾਂ ਦਾ ਬੰਦਾ ਇੱਦਾਂ ਅੱਡ ਤਾਂ ਕਰ ਹੀ ਦਿੰਦਾ ਆਪਣਾ ਮੀਡੀਆ ਮੈਂ ਦੇਖੋ ਪੂਰੇ ਦੇਸ਼ ਵਾਸਤੇ ਬਹੁਤ ਕੁਛ ਪਾਪਾ ਨੇ ਕੀਤਾ ਰਾਈਟ ਅਤੇ ਪੰਜਾਬੀ ਉਹਦੇ ਵਿੱਚ ਹੀ ਆ ਜਾਂਦਾ ਨਹੀਂ ਪਿੰਡ ਦੀ ਮੈਂ ਕਹਿ ਰਿਹਾ ਨਾ ਹਰ ਜਗ੍ਹਾ ਜਾ ਕੇ ਬਹੁਤ ਕੁਛ ਕੀਤਾ ਹੋਇਆ ਠੀਕ ਹੈ ਸੁਨੀਲ ਜਾਖੜ ਤਾਂ ਬੋਲਦਾ ਰਹੂਗਾ ਉਹ ਡਰ ਰਿਹਾ ਇਸ ਵੇਲੇ ਇਸ ਲਈ ਬੋਲੀ ਜਾਊਗਾ ਜੇ ਉਹ ਨਾ ਬੋਲੂਗਾ ਤਾਂ ਉਹਨੂੰ ਪਤਾ ਨਹੀਂ ਉਹ ਜਿੱਤਣਾ ਕਿੱਦਾਂ ਮੈਂ ਇੱਥੇ ਆਇਆ ਤੁਹਾਨੂੰ ਪਤਾ ਉਹ ਵੀ ਜਾਣਦੇ ਪੂਰਾ ਪੰਜਾਬ ਜਾਂਦਾ ਮੈਂ ਨਿਆ ਪਹਿਲੀ ਵਾਰ ਆਇਆ ਮੈਂ ਲੇਕਿਨ ਸਾਰਿਆਂ ਨੂੰ ਪਤਾ ਕਿ ਮੇਰੀ ਇੱਛਾ ਕੀ ਹੈ ਹੁਣ ਮੈਨੂੰ ਕੰਮ ਕਰਾਂਗਾ ਤਾਂ ਮੈਂ ਆਪਣੀ ਜੋ ਲੋਕਾਂ ਨੇ ਜੋ ਕੰਮ ਕਰਨਾ ਮੇਰੇ 'ਤੇ ਵਿਸ਼ਵਾਸ ਕਰਦੇ ਉਹ ਮੈਨੂੰ ਵੋਟ ਦੇਣਗੇ ਜੇ ਉਹਨਾਂ ਨੂੰ ਲੱਗਦਾ ਕਿ ਮੈਂ ਝੂਠਾ ਤਾਂ ਮੈਨੂੰ ਨਹੀਂ ਵੋਟ ਦੇਣਗੇ ਤਾਂ ਗੱਲ ਇਹ ਹੈਗੀ ਤਾਂ ਮੇਰੇ 'ਤੇ ਭਰੋਸਾ ਕਰੋ ਅਸੀਂ ਇੱਥੇ ਦੇ ਹੀ ਹੈ ਪੰਜਾਬ ਦੇ ਹੈ ਪੂਰਾ ਪਰਿਵਾਰ ਮੇਰੇ ਪਾਪਾ ਸੀ ਸਾਰਿਆਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਸੀ ਕਿੱਦਾਂ ਦੇ ਹਾਂ ਚਾਹੇ ਜੋਮਤੀ ਜੀ ਨੇ ਕਹਿਣਾ ਕਹਿੰਦਾ ਜਾਵੇ ਅਸੀਂ ਤਾਂ ਫਿਰ ਵੀ ਅੱਛਾ ਕੰਮ ਕਰਨਾ ਹੁਣ ਇੱਥੇ ਆਇਆ ਸਾਨੂੰ ਮੌਕਾ ਦਿਓ ਕਰਨ ਨੂੰ ਉਹ ਤੋਂ ਬਾਅਦ ਫਿਰ ਸਾਡੇ 'ਤੇ ਜੋ ਕਹਿਣਾ ਕਹਿੰਦੇ ਜਾਇਓ ਹੁਣ ਸਾਡੇ ਇਸ ਵਾਰ ਮੈਨੂੰ ਇਹੀ ਦਿਖ ਰਿਹਾ ਕਿ ਸਾਰੇ ਮੈਨੂੰ ਪਿਆਰ ਕਰਦੇ ਆ ਬਸ ਮੈਂ ਚਾਹੁੰਦਾ ਜਿਹੜਾ ਪਿਆਰ ਹੈ ਉਹ ਵੋਟਾਂ 'ਚ ਬਦਲੇ ਅਤੇ ਮੈਂ ਉਹਨਾਂ ਲਈ ਉਹਨਾਂ ਦੀ ਸੇਵਾ ਕਰਾਂ ਤਾਂ ਉਹਨਾਂ ਨੂੰ ਦਿਖਾਵਾਂ ਜੋ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਮੈਂ ਉੱਦਾਂ ਦਾ ਹੀ ਬੰਦਾ ਹੈ ਮੈਂ ਕੁਝ ਹੋਰ ਨਹੀਂ ਹੈ ਇਹ ਮੇਰਾ ਵਾਅਦਾ ਹੈ ਬਸ ਇਹੀ ਕਹਾਂਗੇ ਉੱਥੇ ਕੱਲ੍ਹ ਗਿਆ ਸੀਗਾ ਬਹੁਤ ਹੀ ਪਿਆਰ ਮਿਲਿਆ ਸਿਰਫ ਤੁਸੀਂ ਮੇਰੇ ਨਾਲ ਅੱਛੀਆਂ ਗੱਲਾਂ ਕੀਤੀਆਂ ਇਸ ਵੇਲੇ ਮੈਂ ਹੁਣ ਚਾਰੋਂ ਤਰਫ ਦੇਖ ਰਿਹਾ ਸਾਰੇ ਚਾਰੋਂ ਤਰਫ ਜਾ ਰਿਹਾ ਚਾਰੋਂ ਤਰਫ ਮੈਂ ਜੋੜਾਂਗਾ ਮੈਨੂੰ ਤੁਸੀਂ ਮੈਨੂੰ ਫੋਲੋ ਕਰੋ ਦੇਖੋ ਮੈਂ ਕਰ ਕੀ ਰਿਹਾ ਉਹ ਤੋਂ ਬਾਅਦ ਫਿਰ ਤੁਸੀਂ ਆਪਣੇ ਆਪ ਦੇਖੋ ਕਿ ਮੈਂ ਕਰ ਹੀ ਰਿਹਾ ਨਾ ਮੈਂ ਕਰਾਂਗਾ ਕੀ ਫਿਰ ਕਰਨ ਮੈਂ ਜੋ ਕਰਨਾ ਉਹ ਮੈਂ ਆ ਕੇ ਕਰਾਂਗਾ ਠੀਕ ਹੈ ਇੱਕ ਦਫਾ ਜਿੱਤ ਕੇ ਆ ਕੇ ਮੈਂ ਕਰਾਂਗਾ ਹਰ ਬੰਦੇ ਲਈ ਕਰਾਂਗਾ ਜੋ ਮੇਰੇ ਤੋਂ ਹੋ ਸਕਦਾ ਤੇ ਜਿਹੜੀ ਚੀਜ਼ ਜਾਇਜ਼ ਹੈ ਉਹ ਮੈਂ ਜ਼ਰੂਰ ਕਰਾਂਗਾ ਸਾਰਿਆਂ ਤੋਂ ਮੋਸਟ ਇੰਪੋਰਟੈਂਟ ਥਿੰਗ ਆਪਣੇ ਇੱਥੇ ਹਰ ਬੰਦਾ ਆ ਕੇ ਕਹਿੰਦਾ ਨਸ਼ਾ 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 ਕੋਈ ਕੁਝ ਕਰ ਰਿਹਾ ਨਹੀਂ ਕਰ ਰਿਹਾ ਨਾ ਮੈਂ ਆ ਕੇ ਉਹਦੇ 'ਚ ਪੂਰਾ ਪੈ ਜਾਣਾ ਮੈਂ ਸਮਝਣਾ ਕੀ ਹੈ ਕਿੱਦਾਂ ਕੀ ਹੁਣ ਪਹਿਲਾਂ ਜਿੱਤ ਜਾ ਫਿਰ ਸਾਰਾ ਕੁਝ ਕਰਾਂਗਾ ਇਸ ਵੇਲੇ ਮੈਨੂੰ ਇੰਨੀ ਚਾਹੀਦੀ ਚੀਜ਼ ਆਉਂਦਾ ਮੈਂ ਹਾਲੇ ਕੁਝ ਕਹਿ ਨਹੀਂ ਸਕਦਾ ਪਹਿਲਾਂ ਮੈਨੂੰ ਜਿੱਤਣ ਦਿਓ ਜਿੱਤਣ ਤੋਂ ਬਾਅਦ ਮੈਂ ਕਰਾਂਗਾ ਸਾਰਿਆਂ ਨੂੰ ਪਤਾ ਮੈਂ ਨਿਆ ਮੈਂ ਇੱਥੇ ਆਇਆ ਦਿਲ ਨਾਲ ਆਇਆ ਜੋਸ਼ ਨਾਲ ਆਇਆ ਕਰਨ ਆਇਆ ਉਹ ਤੋਂ ਪਹਿਲਾਂ ਹੀ ਤੁਸੀਂ ਮੈਨੂੰ ਇੱਦਾਂ ਦੀਆਂ ਚੀਜ਼ਾਂ ਪੁੱਛ ਰਹੇ ਹੋ ਮੈਨੂੰ ਪਹਿਲਾਂ ਕਰਨ ਤਾਂ ਦਿਓ ਤੁਹਾਨੂੰ ਪਤਾ ਮੈਨੂੰ ਕਿੰਨੀਆਂ ਚੀਜ਼ਾਂ ਦੇ ਬਾਰੇ ਨਹੀਂ ਪਤਾ ਫਿਰ ਵੀ ਤੁਸੀਂ ਮੇਰੇ ਤੋਂ ਉਹੀ ਸਵਾਲ ਪੁੱਛੋਗੇ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਪੁੱਠਾ ਸਵਾਲ ਜਵਾਬ ਦੇਵਾਂ ਤਾਂ ਮੇਰਾ ਕਹਿਣ ਦਾ ਇਹ ਮਤਲਬ ਹੈ ਮੈਨੂੰ ਇੱਥੇ ਤੁਸੀਂ ਮੇਰੇ ਨਾਲ ਜੁੜ ਜਾਓ ਮੇਰੇ ਬਣ ਜਾਓ ਫਿਰ ਤੁਸੀਂ ਦੇਖੋ ਕੀ ਕਰਨਾ ਬਾਕੀਆਂ ਨਾਲ ਤੁਸੀਂ ਜੁੜ ਚੁੱਕੇ